ਸਤਿ ਸ਼੍ਰੀ ਅਕਾਲ ਦੋਸਤੋ, ਜਿਹੜੇ ਸਾਥੀ ਚੈਨਲ 'ਤੇ ਨਵੇਂ ਨੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਅਤੇ ਲਗਾਤਾਰ ਜੁੜੇ ਹੋਏ ਸਾਥੀ ਵੀਡੀਓ ਨੂੰ ਲਾਈਕ ਕਰਦੇ ਹੋਏ ਸ਼ੇਅਰ ਵੀ ਕਰ ਦਿਓ। ਅਤੇ ਇਹ ਲੈਕਚਰ ਤੁਹਾਡੇ ਹਰ ਤਰ੍ਹਾਂ ਦੇ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਕੰਮ ਆਉਣ ਵਾਲਾ। ਅਤੇ ਟਾਈਮ ਜ਼ਿਆਦਾ ਖਰਾਬ ਨਾ ਕਰਦੇ ਹੋਏ ਆਪਾਂ ਸਵਾਲ ਸ਼ੁਰੂ ਕਰਦੇ ਹਾਂ ਅੱਜ ਦੇ। ਪਹਿਲਾ ਸਵਾਲ, ਜੈਨ ਧਰਮ ਦਾ ਅੰਤਿਮ ਲਕਸ਼ ਕੀ ਹੈ? ਤਾਂ ਸਾਰਿਆਂ ਨੇ ਫਟਾਫਟ ਪੜ੍ਹ ਹੀ ਲਿਆ, ਤਾਂ ਇਸਦਾ ਆਪਾਂ ਫਟਾਫਟ ਉੱਤਰ ਹੀ ਦੇਵਾਂਗੇ, ਕਿਉਂਕਿ ਟਾਈਮ ਆਪਾਂ ਪਹਿਲਾਂ ਲਗਾ ਚੁੱਕੇ ਹਾਂਗੇ। ਬੀ ਆਪਸ਼ਨ ਆਏਗਾ, ਨਿਰਵਾਣ ਪ੍ਰਾਪਤ ਕਰਨਾ ਅੰਤਿਮ ਲਕਸ਼ ਹੈ ਜੈਨ ਧਰਮ ਦਾ। ਨੈਕਸਟ ਸਵਾਲ ਨੰਬਰ 2, ਜੈਨ ਧਰਮ ਦੇ ਪੰਜ ਮਹਾਂਵਰਤਾਂ ਵਿੱਚ ਕਿਹੜਾ ਇੱਕ ਸ਼ਾਮਿਲ ਨਹੀਂ ਹੈ? ਤਾਂ ਆਪਸ਼ਨਾਂ ਪੜ੍ਹਦੇ ਰਹਿਣਾ ਅਤੇ ਕਮੈਂਟ ਫਟਾਫਟ ਕਰਿਆ ਕਰੋ, ਐਂਡ 'ਤੇ ਆਪਣੇ ਨੰਬਰ ਲਿਖਣੇ ਨਹੀਂ ਭੁੱਲਣੇ ਜੀ। ਤਾਂ ਇਸਦਾ ਬਿਲਕੁਲ ਸਹੀ ਉੱਤਰ ਸਾਥੀਓ ਹੈਗਾ ਗਾ ਡੀ ਆਏਗਾ, ਅਹਿੰਸਾ, ਸੱਚ, ਅਪਰਿਗ੍ਰਹਿ, ਇਹ ਤਿੰਨੇ ਸ਼ਾਮਿਲ ਨੇ, ਅਪਰਿਗਸਤ ਇਹ ਕੋਈ ਨਹੀਂ ਸ਼ਾਮਿਲ। ਨੈਕਸਟ ਸਵਾਲ 3, ਅਪਰਿਗ੍ਰਹਿ ਦਾ ਕੀ ਅਰਥ ਹੈ? ਅਪਰਿਗ੍ਰਹਿ, ਹੁਣ ਕਈ ਵਾਰੀ ਨਾ ਸਵਾਲ ਦੇ ਵਿੱਚ ਵੀ ਉੱਤਰ ਸਾਨੂੰ ਮਿਲ ਜਾਂਦਾ ਹੁੰਦਾ। ਹੁਣ ਗ੍ਰਹਿ, ਗ੍ਰਹਿ ਤੋਂ ਗ੍ਰਹਿਣ ਨਾ ਕਰਨਾ, ਠੀਕ ਹੈ, ਬੀ ਆਪਸ਼ਨ ਬਣੇਗਾ, ਸੰਪੱਤੀ ਗ੍ਰਹਿਣ ਨਾ ਕਰਨਾ। ਅ ਦਾ ਮਤਲਬ ਨਾਂ ਦੇ ਵਿੱਚ ਹੀ ਮੰਨਿਆ ਜਾਂਦਾ ਹੈ ਨਾ, ਜਦੋਂ ਅ ਲੱਗ ਜਾਏ ਨਾਂ ਦੇ ਵਿੱਚ ਹੀ ਹੁੰਦਾ ਹੈਗਾ। ਇੰਨਾ ਕੁ ਤੁਸੀਂ ਧਿਆਨ ਆਪਣਾ ਦਿਮਾਗ ਹੀ ਲਗਾ ਲਿਆ ਕਰੋ, ਬੀ ਆਪਸ਼ਨ ਆਏਗਾ ਇਸਦਾ। ਨੈਕਸਟ ਸਵਾਲ ਆਪਣਾ ਹੈਗਾ 4, ਅਸੱਤਯ ਦਾ ਕੀ ਅਰਥ ਹੈ? ਅਸੱਤਯ ਦਾ ਅਰਥ ਕੀ ਹੈ ਸਾਥੀਓ? ਤਾਂ ਇਸਦਾ ਨੈਗੇਟਿਵ ਅਰਥ ਹੀ ਆਏਗਾ। ਪਹਿਲੀ ਗੱਲ ਤਾਂ ਹੈ ਨਾ, ਅ ਲੱਗਿਆ ਹੋਇਆ ਤਾਂ ਚੋਰੀ ਨਾ ਕਰਨਾ, ਤਾਂ ਨੈਗੇਟਿਵ ਤਾਂ ਨਹੀਂ ਆਇਆ, ਚੋਰੀ ਨਾ ਕਰਨਾ ਪੋਜ਼ਿਟਿਵ ਹੈ ਵੈਸੇ ਸਾਥੀਓ। ਇਹ ਆਪਸ਼ਨ ਹੀ ਆਏਗਾ ਇਸਦਾ, ਚੋਰੀ ਨਾ ਕਰਨਾ, ਠੀਕ ਹੈ। ਅਗਲਾ ਸਵਾਲ ਆਪਣਾ 5, ਜੈਨ ਧਰਮ ਦੇ ਤ੍ਰੀ ਰਤਨਾਂ ਵਿੱਚ ਹੇਠ ਲਿਖਿਆਂ ਵਿੱਚੋਂ ਇੱਕ ਸ਼ਾਮਿਲ ਨਹੀਂ ਹੈ, ਤਾਂ ਫਟਾਫਟ ਪੜ੍ਹਦੇ ਹੋਏ ਕਮੈਂਟ ਕਰ ਦਿਓ ਕਿਹੜਾ ਤ੍ਰੀ ਰਤਨਾਂ ਦੇ ਵਿੱਚ ਸ਼ਾਮਿਲ ਨਹੀਂ। ਸਮਿਅਕ ਗਿਆਨ, ਸਮਿਅਕ ਦਰਸ਼ਨ, ਸਮਿਅਕ ਚਰਿੱਤਰ, ਇਹ ਤਿੰਨੇ ਸ਼ਾਮਿਲ ਨੇ, ਅਤੇ ਸਮਿਅਕ ਵਿਸ਼ਵਾਸ ਇਹ ਨਹੀਂ ਸ਼ਾਮਿਲ ਜੀ। ਗਿਆਨ, ਦਰਸ਼ਨ, ਚਰਿੱਤਰ ਇਹ ਸ਼ਾਮਿਲ ਨੇ, ਡੀ ਆਪਸ਼ਨ ਇਸਦਾ ਕਰੈਕਟ ਆਨਸਰ ਹੈ। ਅਗਲਾ ਸਵਾਲ ਆਪਣਾ ਹੈਗਾ 6, ਸਮਿਅਕ ਚਰਿੱਤਰ ਦਾ ਕੀ ਅਰਥ ਹੈ? ਹੁਣ ਚਰਿੱਤਰ ਦਾ ਦੱਸੋ ਜੀ, ਸਮਿਅਕ ਚਰਿੱਤਰ ਦਾ ਕੀ ਅਰਥ ਹੈ? ਸਮਿਅਕ ਚਰਿੱਤਰ ਦਾ ਅਰਥ ਸਾਥੀਓ, ਇੰਦਰੀਆਂ, ਕਰਮ 'ਤੇ ਪੂਰਾ ਕੰਟਰੋਲ ਰੱਖਣਾ, ਡੀ ਆਪਸ਼ਨ ਬਿਲਕੁਲ ਕਰੈਕਟ ਹੈ। ਨੈਕਸਟ ਸਵਾਲ ਆਪਣਾ 7, ਹੁਣ ਸਮਿਅਕ ਦਰਸ਼ਨ ਦਾ ਕੀ ਅਰਥ ਹੈ? ਸਮਿਅਕ ਦਰਸ਼ਨ ਦਾ ਕੀ ਅਰਥ ਹੈ? ਕਮੈਂਟ ਕਰੋ ਫਟਾਫਟ, ਨੰਬਰ ਆਪਣੇ ਲਿਖਣੇ ਜ਼ਰੂਰ ਹੈ ਐਂਡ 'ਤੇ। ਤਾਂ ਇਸਦਾ ਸੱਚ ਵਿੱਚ ਵਿਸ਼ਵਾਸ, ਸੱਚ ਵਿੱਚ ਵਿਸ਼ਵਾਸ, ਸੀ ਆਪਸ਼ਨ ਬਿਲਕੁਲ ਕਰੈਕਟ ਹੈ। ਨੈਕਸਟ ਸਵਾਲ ਆਪਣਾ 8, ਜੈਨ ਧਰਮ ਵਿੱਚ ਵਿਸ਼ਵਾਸ ਕੀਤਾ ਜਾਂਦਾ ਹੈ? ਜੈਨ ਧਰਮ ਵਿੱਚ ਵਿਸ਼ਵਾਸ ਕੀਤਾ ਜਾਂਦਾ ਹੈ, ਤਾਂ ਕੀਤਾ ਜਾਂਦਾ ਜੀ ਪੁਨਰ ਜਨਮ ਉੱਤੇ, ਕਰਮਵਾਦ 'ਤੇ ਵੀ ਕਰਦੇ ਆ, ਅਤੇ ਅਹਿੰਸਾ ਨਾ ਕਰਨਾ, ਸਾਰੇ ਆ ਜਾਣਗੇ ਸਾਥੀਓ, ਡੀ ਆਪਸ਼ਨ ਕਰੈਕਟ ਆ। ਅਗਲਾ ਸਵਾਲ ਆਪਣਾ 9, ਪਹਿਲੀ ਜੈਨ ਸਭਾ ਕਿੱਥੇ ਹੋਈ ਸੀ? ਪਹਿਲੀ ਜੈਨ ਸਭਾ ਕਿੱਥੇ ਹੋਈ ਸੀ? ਤਾਂ ਇਸਦਾ ਬਿਲਕੁਲ ਦਰੁਸਤ ਆਨਸਰ ਹੈਗਾ ਗਾ ਏ ਆਪਸ਼ਨ, ਪਾਟਲੀਪੁੱਤਰ ਵਿੱਚ। ਅਗਲਾ ਸਵਾਲ ਆਪਣਾ 300 ਈਸਾ ਪੂਰਵ ਦੇ ਵਿੱਚ ਹੋਈ ਹੈ, ਇਹ ਵੀ ਧਿਆਨ ਰੱਖਣਾ। 10, ਸਵਾਲ, ਪਹਿਲੀ ਜੈਨ ਸਭਾ ਦਾ ਅਧਿਅਕਸ ਕੌਣ ਸੀ? ਫਸਟ ਜੈਨ ਸਭਾ ਦਾ ਅਧਿਅਕਸ ਕੌਣ ਰਿਹਾ ਸਾਥੀਓ? ਤਾਂ ਪਹਿਲੀ ਜੈਨ ਸਭਾ ਦਾ ਅਧਿਅਕਸ ਸਥੂਲ ਭੱਦਰ ਸੀ ਸਾਥੀਓ, ਬੀ ਆਪਸ਼ਨ ਕਰੈਕਟ ਹੈ ਇਸਦਾ। ਅਗਲਾ ਸਵਾਲ ਆਪਣਾ 11, ਜੈਨ ਧਰਮ ਕਿੰਨੀਆਂ ਸੰਪਰਦਾਵਾਂ ਵਿੱਚ ਵੰਡਿਆ ਹੋਇਆ ਹੈ? ਜੈਨ ਧਰਮ ਵੰਡਿਆ ਜੀ 2 ਵਿੱਚ, ਦਿਗੰਬਰ ਅਤੇ ਸਵਤੰਬਰ। ਅਗਲਾ ਸਵਾਲ ਆਪਣਾ ਹੈਗਾ ਜੀ 12, ਦੂਜੀ ਜੈਨ ਸਭਾ ਕਿੱਥੇ ਹੋਈ ਸੀ?
ਦੂਜੀ ਜੈਨ ਸਭਾ ਕਿੱਥੇ ਹੋਈ ਸੀ? ਤਾਂ ਇਹ ਹੋਈ ਆ ਸਾਥੀਓ ਬੱਲਵੀ ਵਿੱਚ। ਬੀ ਆਪਸ਼ਨ ਬਿਲਕੁਲ ਦਰੁਸਤ ਆਂਸਰ ਹੈ ਇਸਦਾ। ਬੱਲਵੀ ਗੁਜਰਾਤ 'ਚ ਆ, ਸਾਰਿਆਂ ਨੂੰ ਪਤਾ 512 ਈਸਵੀ ਵਿੱਚ ਹੋਈ ਆ। ਅਗਲਾ ਸਵਾਲ ਆਪਣਾ ਹੈਗਾ 13ਵਾਂ, ਦੂਜੀ ਜੈਨ ਸਭਾ ਦਾ ਅਧਿਅਕਸ ਕੌਣ ਸੀ? ਦੂਜੀ ਜੈਨ ਸਭਾ ਦਾ ਅਧਿਅਕਸ ਸੀਗਾ ਸਾਥੀਓ ਦੇਵਧਿਰ ਗਣ। ਸੀ ਆਪਸ਼ਨ ਕਰੈਕਟ ਆ। ਅਗਲਾ ਸਵਾਲ ਆਪਣਾ 14ਵਾਂ, ਕਲਪ ਸੂਤਰ ਸੰਸਕ੍ਰਿਤ ਭਾਸ਼ਾ ਵਿੱਚ ਕਿਸਨੇ ਲਿਖਿਆ ਸੀ? ਕਲਪ ਸੂਤਰ ਸੰਸਕ੍ਰਿਤ ਭਾਸ਼ਾ ਵਿੱਚ ਕਿਸਨੇ ਲਿਖਿਆ ਸੀ? ਤਾਂ ਇਹ ਬਹੁਤ ਸਾਥੀਆਂ ਨੂੰ ਪਤਾ ਹੈ ਜੀ, ਇਹ ਲਿਖਿਆ ਜੀ ਭੱਦਰਬਾਹੂ ਨੇ ਕਲਪ ਸੂਤਰ। ਅਗਲਾ ਸਵਾਲ ਆਪਣਾ ਹੈਗਾ 15ਵਾਂ, ਪਰਮੇਯ ਕਮਲ ਮਾਰਤੰਡ ਕਿਸਦੀ ਰਚਨਾ? ਪਰਮੇਯ ਕਮਲ ਮਾਰਤੰਡ ਕਿਸਦੀ ਰਚਨਾ ਸਾਥੀਓ? ਤਾਂ ਇਸਦਾ ਬਿਲਕੁਲ ਸਹੀ ਉੱਤਰ ਡੀ ਆਏਗਾ, ਪ੍ਰਭਾ ਚੰਦ ਦੀ ਰਚਨਾ ਜੀ ਪਰਮੇਯ ਕਮਲਾ ਮਾਰਤੰਡ, ਕਮਲ ਮਾਰਤੰਡ। ਅਗਲਾ ਸਵਾਲ ਆਪਣਾ ਹੈਗਾ 16ਵਾਂ, ਮਹਾਂਵੀਰ ਸਵਾਮੀ ਜੀ ਦੇ ਜੀਵਨ ਸੰਬੰਧੀ ਜਾਣਕਾਰੀ ਦਾ ਪ੍ਰਮੁੱਖ ਸਰੋਤ ਜਾਂ ਸੋਮਾ ਕਿਹੜਾ ਹੈ? ਮਹਾਂਵੀਰ ਸਵਾਮੀ ਜੀ ਦੇ ਜੀਵਨ ਸੰਬੰਧੀ ਜਾਣਕਾਰੀ ਦਾ ਪ੍ਰਮੁੱਖ ਪੁੱਛਿਆ, ਤਾਂ ਜਾਣਕਾਰੀ ਦਾ ਪ੍ਰਮੁੱਖ ਭਗਵਤੀ ਸੂਤਰ ਆਵੇਗਾ। ਬੀ ਆਪਸ਼ਨ ਬਿਲਕੁਲ ਦਰੁਸਤ ਆ। ਨੈਕਸਟ ਸਵਾਲ ਨੰਬਰ 17, ਜੈਨ ਭਿਕਸੂਆਂ ਸੰਬੰਧੀ ਆਚਾਰ ਨਿਯਮ ਕਿਸ ਵਿੱਚ ਦਰਜ ਹਨ? ਜੈਨ ਭਿਕਸੂਆਂ ਸੰਬੰਧੀ ਆਚਾਰ ਨਿਯਮ ਕਿਸ ਵਿੱਚ ਦਰਜ ਹਨ? ਫਟਾਫਟ ਕਮੈਂਟ ਕਰਿਆ ਕਰੋ ਸਾਥੀਓ। ਤਾਂ ਇਸਦਾ ਡੀ ਆਏਗਾ ਆਚਾਰਾਂਗ ਸੂਤਰ। ਅਗਲਾ ਸਵਾਲ ਆਪਣਾ 18ਵਾਂ, ਮਹਾਂਵੀਰ ਸਵਾਮੀ ਨੇ ਜੈਨ ਸੰਘ ਦੀ ਸਥਾਪਨਾ ਕਿੱਥੇ ਕੀਤੀ ਸੀ? ਜੈਨ ਸੰਘ ਦੀ ਸਥਾਪਨਾ ਕਿੱਥੇ ਕੀਤੀ ਸੀ ਮਹਾਂਵੀਰ ਸਵਾਮੀ ਨੇ? ਆਪਸ਼ਨਾਂ ਫਟਾਫਟ ਪੜ੍ਹ ਕੇ ਫਟਾਫਟ ਕਮੈਂਟ ਕਰਿਆ ਕਰੋ ਸਾਥੀਓ। ਡੀ ਆਏਗਾ ਇਸਦਾ ਪਾਵਾਪੁਰੀ ਵਿੱਚ ਕੀਤੀ ਸੀਗੀ। ਨੈਕਸਟ ਸਵਾਲ ਆਪਣਾ ਹੈਗਾ 19ਵਾਂ, ਜੈਨ ਧਰਮ ਵਿੱਚ ਅਧਿਆਤਮਿਕ ਵਿਚਾਰ ਕਿੱਥੋਂ ਗ੍ਰਹਿਣ ਕੀਤੇ ਗਏ ਹਨ? ਅਧਿਆਤਮਿਕ ਵਿਚਾਰ ਕਿੱਥੋਂ ਗ੍ਰਹਿਣ ਕੀਤੇ ਗਏ ਆ ਜੀ ਜੈਨ ਧਰਮ ਦੇ ਵਿੱਚ? ਤਾਂ ਇਹ ਗ੍ਰਹਿਣ ਕੀਤੇ ਗਏ ਸਾਂਖਿਆ ਦਰਸ਼ਨ ਵਿੱਚੋਂ। ਇਹ ਆਪਸ਼ਨ ਕਰੈਕਟ ਹੈ ਜੀ। ਅਗਲਾ ਸਵਾਲ ਆਪਣਾ ਹੈਗਾ ਜੀ 20ਵਾਂ, ਜੈਨ ਧਰਮ ਨੂੰ ਕਿਹੜਾ ਰਾਜਾ ਨਹੀਂ ਮੰਨਦਾ ਸੀ? ਜੈਨ ਧਰਮ ਨੂੰ ਕਿਹੜਾ ਰਾਜਾ ਨਹੀਂ ਮੰਨਦਾ ਸੀ? ਉਦੈਨ ਮੰਨਦਾ ਸੀ, ਬੰਦ ਰਾਜਾ ਮੰਨਦਾ ਸੀ, ਚੰਦਰਗੁਪਤ ਮੌਰੀਆ ਐਂਡ ਦੇ ਮੰਨਣ ਲੱਗ ਗਿਆ, ਤਾਂ ਡੀ ਕਨਿਸ਼ਕ ਨਹੀਂ ਮੰਨਦਾ ਜੀ, ਡੀ ਆਏਗਾ। ਅਗਲਾ ਸਵਾਲ ਆਪਣਾ ਹੈਗਾ 21ਵਾਂ, ਮਹਾਂਵੀਰ ਸਵਾਮੀ ਦੇ ਪਿਤਾ ਸਿਧਾਰਥ ਕਿਹੜੀ ਕੁੱਲ ਨਾਲ ਸੰਬੰਧਿਤ ਸਨ? ਤਾਂ ਇਹ ਸੰਬੰਧਿਤ ਸੀਗੇ ਯਾਂਤਰਿਕ, ਬੀ ਆਪਸ਼ਨ ਆਏਗਾ ਯਾਂਤਰਿਕ ਨਾਲ। ਨੈਕਸਟ ਸਵਾਲ ਨੰਬਰ 22, ਮਹਾਂਵੀਰ ਸਵਾਮੀ ਨੇ ਆਪਣੇ ਚੇਲਿਆਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਿਨ੍ਹਾਂ ਨੂੰ ਗਣਤਰ ਕਿਹਾ ਜਾਂਦਾ ਸੀ? ਤਾਂ ਉਹਨਾਂ ਨੇ 11 ਦੇ ਵਿੱਚ ਵੰਡਿਆ, 11 ਗਣਤਰ। ਬੀ ਆਪਸ਼ਨ ਕਰੈਕਟ ਆ। ਅਗਲਾ ਸਵਾਲ ਆਪਣਾ 23ਵਾਂ, ਥੇਰਾ ਦਾ ਕੀ ਅਰਥ ਆ ਸਾਥੀਓ? ਥੇਰਾ ਦਾ ਕੀ ਅਰਥ ਆ?
तो इहदा बिल्कुल दुरुस्त आंसर ए आएगा मुख उपदेशक। थेरा का मतलब मुख उपदेशक। अगला सवाल अपना 24वां, जैन धर्म का पहला थेरा कौन सी? जैन धर्म का पहला थेरा कौन सी? तो जैन धर्म का पहला थेरा सी साथियो आर्या सुधर्मा। बी ऑप्शन करैक्ट है जी, आर्या सुधर्मा सी। अगला सवाल 25वां, महावीर स्वामी जी की जननी किस नगरी नूं कहा जाता है? महावीर स्वामी जी की जननी किस नगर नूं कहा जाता है? कमेंट करो साथियों फटाफट। तो यह कहा जाता वैशाली नूं, सी ऑप्शन करैक्ट है जी। अगला सवाल अपना 26वां, जैन धर्म विच तीर्थंकरां दी मूर्ति पूजा किसने कीती सी, शुरू कीती सी? जैन धर्म विच तीर्थंकरां दी मूर्ति पूजा किस द्वारा शुरू कीती गई? तो इसका सही उत्तर हैगा जी श्वेतांबर संप्रदा ने। ए ऑप्शन करैक्ट है, श्वेतांबर संपर्दा ने। अगला सवाल अपना 27वां, अरहत किन्ना नूं कहा जाता है? जैन धर्म विच अरहत किन्ना नूं कहा जाता है? तो जैन धर्म विच अरहत कहा जाता जी तीर्थंकरां नूं। सी ऑप्शन बिल्कुल सही है, तीर्थंकरां नूं कहा जाता। अगला सवाल अपना 28वां, सलाका पुरश किन्ने होए हैं? जैन धर्म सलाका पुरश होए ने, तो सवाल बन सकता सलाका पुरश किस नाल संबंधित है? जैन धर्म नाल। जैन धर्म किन्ने सलाका पुरश होए है? तो यह होया जी 63। बी ऑप्शन 63, बी ऑप्शन करैक्ट है जी इसका। अगला सवाल अपना 29वां, निग्रंथी किन्ना नूं कहा जाता है? निग्रंथी किन्ना नूं कहा जाता है? तां निग्रंथी कहा जाता साथियों पारसवनाथ दे चेलियां नूं। ए ऑप्शन करैक्ट है जी, पारसवनाथ दे चेलियां नूं। अज दा लास्ट सवाल, ते आपां साथियों ये 13 मिंटां दे विच 30 सवाल कर ले, तां बहुत ज़्यादा स्पीड खिंची अज आपां। ब्रह्मचर्या दी सिक्ख्या जैन धर्म दीआं सिक्ख्यावां विच किसने जुड़ी सी? ब्रह्मचर्या की सिक्ख्या जैन धर्म दीआं सिक्ख्यावां विच किसने जोड़ी सी? तां सारे साथियों का बहुत बहुत धन्यवाद जिहड़े डेली अपने नाल जुड़दे ने, तां वीडियो नूं अगे शेयर करदे ने, अपने चैनल का थोड़ा प्रचार भी करदे ने, तां सारिआं नूं बेनीफिट भी मिल रहा है, काफ़ी तुहानूं सवाल नवें भी मिलणगे। तां जिहड़े साथियों ने अपने नोट्स बाय कर ले तां उहनां लई तां इक रिविजन ही चंगी हुंदी है ना, ਉਹੀ ਆਪਾਂ ਜਿਹੜੇ ਉਹਨਾਂ 'ਚ ਵਿੱਚੋਂ ਸਿੰਗਲ ਲਾਈਨ ਦੇ ਵਿੱਚੋਂ ਆਪਾਂ MCQ ਬਣਾ ਦਿੰਦੇ ਹਾਂ 4 ਆਪਸ਼ਨਾਂ ਵਾਲੇ ਸਿੰਗਲ ਲਾਈਨ ਦੇ ਵਿੱਚੋਂ, ਤਾਂ ਉਹਨਾਂ ਦੀ ਇੱਕ ਚੰਗੀ ਰਿਵੀਜ਼ਨ ਹੁੰਦੀ ਹੈਗੀ ਜਦੋਂ ਸਿੰਗਲ ਲਾਈਨ ਪੜ੍ਹ ਕੇ ਤਾਂ ਟੈਸਟ ਦੀ ਤਿਆਰੀ ਲਾਉਂਦੇ ਤਾਂ ਇੱਕ ਚੰਗਾ ਫਾਇਦਾ ਵੀ ਮਿਲਦਾ ਉਹਨਾਂ ਨੂੰ। ਤਾਂ ਇਸ ਦਾ ਸਹੀ ਉੱਤਰ ਹੈਗਾ ਜੀ ਮਹਾਵੀਰ ਸਵਾਮੀ ਜੀ ਨੇ ਜਿਹੜੀ ਬ੍ਰਹਮਚਰਿਆ ਸਿੱਖਿਆ ਐਡ ਕੀਤੀ ਸੀ, ਇਸ ਦਾ ਬੀ ਆਪਸ਼ਨ ਕਰੈਕਟ ਹੈ। ਤਾਂ ਇਹ ਸੀ 30 ਸਵਾਲ, ਕੱਲ੍ਹ ਨੂੰ ਆਪਾਂ ਬੁੱਧ ਧਰਮ ਨਾਲ ਸੰਬੰਧਿਤ 30 ਸਵਾਲ ਕਰਾਂਗੇ, ਤਾਂ ਬੁੱਧ ਧਰਮ ਬਾਰੇ ਪੜ੍ਹ ਕੇ ਆਉਣਾ, ਜਿਨ੍ਹਾਂ ਕੋਲ ਆਪਣੇ ਨੋਟਸ ਹੈਗੇ ਨੇ, ਆਪਣੇ ਜਿਹੜੇ ਸੇ ਸੈੱਟ ਖਰੀਦੇ ਹੋਏ ਨੇ ਉਹਨਾਂ ਵਿੱਚੋਂ ਪੜ੍ਹਨਾ ਜੀ, ਪੜ੍ਹ ਕੇ ਆਉਣਾ ਤੁਸੀਂ ਵੀ ਬੁੱਧ ਧਰਮ ਬਾਰੇ, ਤਾਂ ਤੁਹਾਡੀ ਚੰਗੀ ਰਿਵੀਜ਼ਨ ਵੀ ਹੋਊਗੀ, ਤਿਆਰੀ ਵੀ ਹੋਊਗੀ, ਠੀਕ ਹੈ। ਅਤੇ ਕੱਲ੍ਹ ਨੂੰ ਮਿਲਦੇ ਹਾਂ ਸ਼ਾਮ ਨੂੰ ਇਹੀ ਟਾਈਮ 9 ਵਜੇ ਰਾਤ ਨੂੰ। ਥੈਂਕ ਯੂ ਸਾਥੀਓ।